ਨਹੀਂ ਲੱਗਦਾ ਇਹ ਪੂਰਾ ਮਾਮਲਾ ਕੀ ਹੈ ਜੋ ਦੇਰ ਭਰੀ ਰਾਤ ਵਿੱਚ ਜੋ ਇਹ ਕਾਲ ਆਉਂਦੀ ਹੈ ਰਾਤ ਦੀ ਕੋਈ 1:05-10 ਦੇ ਉੱਤੇ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਈ ਹੈ ਤੇ ਕਾਲਤਾ ਸ੍ਰੀ ਕਾਲਤਾ ਸਾਹਿਬ ਦੀ ਬੈਕ ਸਾਈਡ ਤੇ ਜਿਹੜੇ ਆ ਵੀ 4 ਬੰਬ ਫਿੱਟ ਕਰਦੇ ਦੀਪ ਮਾਰਨਿੰਗ ਟਾਈਮ ਜਦੋਂ ਅਸੀਂ ਉਸ ਬੰਦੇ ਨੂੰ ਉਹਨੂੰ ਫੜ ਲਿਆ ਤਾਂ ਫਿਰ ਉਹਨੇ ਦੱਸਿਆ ਵੀ ਕਿਉਂ ਇਸ ਤਰ੍ਹਾਂ ਹੋਇਆ ਤਾਂ ਉਹਨੇ ਦੱਸਿਆ ਵੀ ਜਿਹੜੇ ਫੋਨ ਤੋਂ ਉਹਨੇ ਕੀਤੀ ਕਾਲ ਉਹ ਵੀ ਫੋਨ ਉਹਨੇ 4-5 ਦਿਨ ਪਹਿਲਾਂ ਦਰਬਾਰ ਸਾਹਿਬ ਤੋਂ ਚੋਰੀ ਕੀਤਾ ਇਹਨੇ 112 ਦੇ ਉੱਤੇ ਫੋਨ ਕਰਕੇ ਕਿਹਾ ਕਿ ਮੈਂ ਬੰਬ ਫਿੱਟ ਕਰ ਦਿੱਤੇ ਜਦੋਂ ਕਿ ਇੱਦਾਂ ਦੀ ਕੋਈ ਗੱਲ ਹੀ ਨਹੀਂ ਨਾ ਤਾਂ ਉਸ ਏਰੀਏ 'ਚ ਆਇਆ ਉਹ ਆਪਣੇ ਘਰੋਂ ਬੈਠੇ ਨੇ ਇਹ ਫੋਨ ਕੀਤਾ ਜਿਵੇਂ ਚੋਰੀ ਦਾ ਫੋਨ ਸੀ ਤਾਂ ਪਹਿਲੇ ਵੀ ਇਹਦੇ ਕੋਈ ਕ੍ਰਿਮੀਨਲ ਰਿਕਾਰਡ ਰਿਹਾ ਜਾਂ ਕੋਈ ਐਸੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਜਿਸ ਲਈ ਇਹ ਸਾਨੂੰ ਪਤਾ ਲੱਗ ਗਿਆ ਕਿ ਇਸ ਨਾਲ ਇਹਦਾ ਕਾਫੀ ਵੱਡਾ ਨਹੀਂ ਪਹਿਲੇ ਰਿਕਾਰਡ ਦੇ ਮੁਤਾਬਕ ਇਹਦੇ ਦੱਸਣ ਦੇ ਮੁਤਾਬਕ ਵੀ ਬਟਾਲੇ ਦੇ ਵਿੱਚ ਇੱਕ ਪਰਚਾ ਦਰਜਾ ਕਿਸੇ ਲੜਕੀ ਨੂੰ ਜਾ ਕੇ ਲੈ ਗਿਆ ਸੀ ਸਾਡਾ ਫਲੈਗ ਮਾਰਕ ਚੱਲ ਰਿਹਾ ਰੋਜ਼ਾਨਾ ਸੈਂਸਟ ਆਫ ਪੈਂਟਾਂ ਦੇ ਉੱਤੇ ਪਰ ਅਸੀਂ ਪੂਰਾ ਆਪਣੇ ਸ਼ਹਿਰ ਨੂੰ ਸੀਲ ਕੀਤਾ ਹੋਇਆ ਪੂਰਾ ਚੈਕਿੰਗ ਕਰ ਰਹੇ ਹਾਂ ਬੀਤੀ ਰਾਤ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਪੁਲਿਸ ਨੂੰ ਇੱਕ ਵੱਡੀ ਚੇਤਾਵਨੀ ਦੀ ਚੇਤਾਵਨੀ ਭਰੀ ਕਾਲ ਆਉਂਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਦੇ ਨੇੜੇ ਬੰਬ ਬਲਾਸਟ ਕਰਨ ਦੀ ਇੱਕ ਕਾਲ ਆਉਂਦੀ ਹੈ ਤਾਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੱਲੂਘਾਰੇ ਦੇ ਦਿਨ ਚੱਲ ਰਹੇ ਨੇ ਦੂਰ ਦੁਰਾਡੇ ਤੋਂ ਜਿਹੜੀਆਂ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਹਾਦਤਾਂ ਨੂੰ ਯਾਦ ਕਰਨ ਲਈ ਉੱਥੇ ਦਰਸ਼ਨ ਕਰ ਰਹੇ ਤਾਂ ਇਹਦੇ ਪਿੱਛੇ ਮੰਸ਼ਾ ਕੀ ਲੱਗਦੀ ਹੈ ਸੰਗਤਾਂ ਦੇ ਵਿੱਚ ਡਰ ਪੈਦਾ ਕਰਨ ਦੀ ਜਾਂ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਡੀਸੀਪੀ ਆਫ ਅੰਮ੍ਰਿਤਸਰ ਪ੍ਰਿੰਸੀਪਲ ਮੰਡਲ ਸਿੰਘ ਪੰਡਾਰ ਸਾਹਿਬ ਨੂੰ ਮਿਲਦੇ ਤਾਂ ਸਰ ਕੀ ਲੱਗਦਾ ਹੈ ਇਹ ਪੂਰਾ ਮਾਮਲਾ ਕੀ ਹੈ ਜੋ ਦੇਰ ਭਰੀ ਰਾਤ ਵਿੱਚ ਜੋ ਇਹ ਕਾਲ ਆਉਂਦੀ ਹੈ ਤੁਹਾਨੂੰ ਰਾਤ ਦੀ ਕੋਈ 1:05-10 ਦੇ ਉੱਤੇ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਈ ਹੈ ਅਤੇ ਕਾਲਤਾ ਸ੍ਰੀ ਕਾਲਤਾ ਸਾਹਿਬ ਦੀ ਬੈਕ ਸਾਈਡ 'ਤੇ ਜਿਹੜੇ ਆ ਵੀ 4 ਬੰਬ ਫਿੱਟ ਕਰ ਦਿੱਤੇ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਇਮੀਜੀਏਟਲੀ ਆਪਣੀ ਸਾਰੀ ਟੀਮ ਲੈ ਕੇ ਉੱਥੇ ਪਹੁੰਚੇ ਹਾਂ ਸਾਡੀਆਂ ਆਲਰੇਡੀ ਪਹਿਲਾਂ ਟੀਮਾਂ ਉੱਥੇ ਕੰਮ ਕਰ ਰਹੀਆਂ ਸੀਗੀਆਂ ਔਰ ਪੂਰਾ ਉਸ ਏਰੀਏ ਨੂੰ ਸੀਲ ਕਰਕੇ ਜਦੋਂ ਸਰਚ ਕੀਤੀ ਤਾਂ ਇਹੋ ਜਿਹੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਅਤੇ ਅਸੀਂ ਅਲੱਗ ਅਲੱਗ ਟੀਮਾਂ ਲਾ ਦਿੱਤੀਆਂ ਸੀ ਕੁਛ ਟੀਮਾਂ ਸਾਡੀਆਂ ਸਰਚ 'ਤੇ ਚੱਲਣ ਲੱਗ ਪਈਆਂ ਕੁਛ ਟੀਮਾਂ ਸਾਡੀਆਂ ਜਿਹੜੇ ਅਸੀਂ ਉਹਦੇ ਆਲੇ ਦੁਆਲੇ ਦਰਬਾਰ ਸਾਹਿਬ ਦੇ ਸਾਰੇ ਜਿਹੜੇ ਆ ਨਵੇਂ CCTV ਕੈਮਰੇ ਵੀ ਦਵਾ ਲਏ ਕੁਛ ਉਹਨਾਂ ਨੂੰ ਚੈੱਕ ਕਰਨ ਲੱਗ ਪਈਆਂ ਅਤੇ ਕੁਛ ਟੀਮ ਜਿਹੜੀ ਸਾਡੀ ਆ ਜਿਹਨਾਂ ਜਿਸ ਫੋਨ ਤੋਂ ਸਾਨੂੰ ਧਮਕੀ ਮਿਲੀ ਸੀਗੀ ਉਹਦੇ 'ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਰੀਬ ਮੋਰਨਿੰਗ ਟਾਈਮ ਜਦੋਂ ਅਸੀਂ ਉਸ ਬੰਦੇ ਨੂੰ ਉਹਨੂੰ ਫੜ ਲਿਆ ਤਾਂ ਫਿਰ ਉਹਨੇ ਦੱਸਿਆ ਵੀ ਕਿਉਂ ਇਸ ਤਰ੍ਹਾਂ ਹੋਇਆ ਤਾਂ ਉਹਨੇ ਦੱਸਿਆ ਵੀ ਜਿਹੜੇ ਫੋਨ ਤੋਂ ਉਹਨੇ ਕੀਤੀ ਕਾਲ ਉਹ ਵੀ ਫੋਨ ਉਹਨੇ 4-5 ਦਿਨ ਪਹਿਲਾਂ ਦਰਬਾਰ ਸਾਹਿਬ ਤੋਂ ਚੋਰੀ ਕੀਤਾ ਔਰ ਉਹਨੇ ਉਹ ਫੋਨ ਯੂਜ਼ ਨਹੀਂ ਕੀਤਾ ਉਹ ਨਹੀਂ ਕੀਤਾ ਉਹਦੀ ਸਿਮ ਕੱਢ ਕੇ ਆਪਣੇ ਫੋਨ 'ਚ ਪਾ ਕੇ ਕਿ ਮੇਰਾ ਉਹ ਫੋਨ 'ਤੇ ਪੁਲਿਸ ਨੂੰ ਪਤਾ ਨਾ ਲੱਗ ਜਾਵੇ ਔਰ ਉਹਨੇ ਉਹ ਸਿਮ ਯੂਜ਼ ਕਰਕੇ ਆਪਣੇ ਫੋਨ ਦੇ ਨਾਲ ਔਰ ਉਸ ਤੋਂ ਬਾਅਦ ਉਹਨੇ ਜਿਹੜਾ ਆ ਇੱਥੇ ਕਾਲ ਕੀਤੀ ਕਿ ਮੈਂ ਪੁਲਿਸ ਨੂੰ ਡਰਾਇਆ ਦਹਿਸ਼ਤ ਪਾਈ ਆ ਵੀ ਕੀ ਪੁਲਿਸ ਮੈਨੂੰ ਲੱਭ ਸਕਦੀ ਹੈ ਜਿਵੇਂ ਪਹਿਲੇ ਵੀ ਸਰ 3 ਧਮਾਕੇ ਹੋਏ ਨੇ ਦਰਬਾਰ ਸਾਹਿਬ ਦੇ ਕੋਲ ਤਾਂ ਇਸ ਵਿਅਕਤੀ ਨੂੰ ਕੋਲ ਕਰਕੇ ਕੀ ਕਿਹਾ ਜਾਂਦਾ ਕਿ ਇਸ ਵੱਲੋਂ ਹੀ ਜਿਹੜੇ ਬੰਬ ਧਮਾਕੇ ਕੀਤੇ ਜਾ ਰਹੇ ਨੇ ਜਾਂ ਕਿਸੇ ਵੱਲੋਂ ਫਿੱਟ ਕੀਤੇ ਗਏ ਸੀ ਪਹਿਲੇ ਨਹੀਂ ਪਹਿਲੇ ਜਿਹੜੇ ਪਹਿਲੇ ਬਲਾਸਟ ਹੋਏ ਸੀਗੇ ਉਹਨਾਂ 'ਚ ਆਲਰੇਡੀ ਅਸੀਂ ਬੰਦੇ ਫੜ ਲਏ ਫੜ ਕੇ ਆਲਰੇਡੀ ਜਿਹੜੇ ਪਹਿਲਾਂ 3 ਹੋਏ ਸੀਗੇ ਉਹ ਅਸੀਂ ਬੰਦੇ ਟ੍ਰੇਸ ਕਰਕੇ ਉਹਨਾਂ ਵੱਲੋਂ ਹੀ ਰਿਸਟ ਪਾਤੀ ਸੀ ਇਹਨੇ ਰਾਤ ਜਿਹੜਾ ਆ ਕੁਛ ਨਹੀਂ ਕੋਈ ਬੰਬ ਨਹੀਂ ਫਿੱਟ ਕੀਤਾ ਇਹਨੇ ਸਿਰਫ ਦਹਿਸ਼ਤ ਫੈਲਾਈ ਹੈ ਝੂਠੀ ਇਤਲਾਹ ਦਿੱਤੀ ਪੁਲਿਸ ਨੂੰ ਇਹਨੇ 112 ਦੇ ਉੱਤੇ ਫੋਨ ਕਰਕੇ ਕਿਹਾ ਕਿ ਮੈਂ ਬੰਬ ਫਿੱਟ ਕਰ ਦਿੱਤੇ ਜਦੋਂ ਕਿ ਇੱਦਾਂ ਦੀ ਕੋਈ ਗੱਲ ਹੀ ਨਹੀਂ ਨਾ ਤਾਂ ਉਸ ਏਰੀਏ 'ਚ ਆਇਆ ਉਹ ਆਪਣੇ ਘਰੋਂ ਬੈਠੇ ਨੇ ਇਹ ਫੋਨ ਕੀਤਾ ਅਤੇ ਪੁਲਿਸ ਨੂੰ ਇਹਨੇ ਜਿਹੜੀ ਝੂਠੀ ਇਤਲਾਹ ਦਿੱਤੀ ਜਿਹਦੇ 'ਤੇ ਅਸੀਂ ਇਹਦੇ 'ਤੇ FIR ਦਰਜ ਕਰਕੇ ਇਹਦੀ ਰਿਸ਼ਵਤ ਪਾਈ ਜਿਵੇਂ ਚੋਰੀ ਦਾ ਫੋਨ ਸੀ ਤਾਂ ਪਹਿਲੇ ਵੀ ਇਹਦੇ ਕੋਈ ਕ੍ਰਿਮੀਨਲ ਰਿਕਾਰਡ ਰਿਹਾ ਜਾਂ ਕੋਈ ਐਸੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਜਿਸ ਲਈ ਸਾਨੂੰ ਪਤਾ ਲੱਗ ਸਕੇ ਕਿ ਇਸ ਨਾਲ ਇਹਦਾ ਕਾਫੀ ਵੱਡਾ ਲਿੰਕ ਇਹ ਸਾਰੀ ਚੀਜ਼ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਸਵੇਰੇ ਅੱਜ ਇਹਨੂੰ ਹੋਇਆ ਪੁਛਗਿੱਛ ਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਇੰਨੀ ਪੁਛਗਿੱਛ ਹੋਈ ਹੈ ਇਸ ਤੋਂ ਬਾਅਦ ਅਸੀਂ ਉਹਨੇ ਜਰਮਾਨ ਲਵਾਂਗੇ ਪਹਿਲੇ ਰਿਕਾਰਡ ਦੇ ਮੁਤਾਬਕ ਇਹਦੇ ਦੱਸਣ ਦੇ ਮੁਤਾਬਕ ਵੀ ਬਟਾਲੇ ਦੇ ਵਿੱਚ ਇੱਕ ਪਰਚਾ ਦਰਜਾ ਕਿਸੇ ਲੜਕੀ ਨੂੰ ਜਾ ਕੇ ਲੈ ਗਿਆ ਸੀਗਾ ਉਹ ਇੱਕ ਇਹਦੇ ਦੱਸਣ ਮੁਤਾਬਕ ਬਾਕੀ ਹੁਣ ਪਿਛਲਾ ਕੀ ਰਿਕਾਰਡ ਆ ਉਸ ਅਸੀਂ ਸਰ ਚੈੱਕ ਕਰਾਂਗੇ ਸਰ ਇਸ ਦੀ ਪਛਾਣ ਕੀ ਹੈ ਅਤੇ ਇਹਦੇ ਪਿੱਛੇ ਦੀ ਮੰਸ਼ਾ ਕੀ ਲੱਗਦੀ ਇਹਦਾ ਨਾਂ ਗਗਨਜੀਤ ਗਗਨਦੀਪ ਸਿੰਘ ਗਗਨਾ ਆ ਔਰ ਇਹ ਦਰਬਾਰ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਮਜੀਠ ਮੰਡੀ ਆ ਜਿੱਥੇ ਦਾ ਇਹ ਰਹਿਣ ਵਾਲਾ ਹੈ ਉਮਰ ਕੋਈ ਕਰੀਬ 20 ਸਾਲ ਦੇ ਲੱਗੇ ਆ ਔਰ ਇਹ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਅੱਜ ਤੋਂ ਕੋਈ ਦੱਸ ਰਿਹਾ ਵੀ 3-4 ਸਾਲ ਪਹਿਲਾਂ ਇਹ ਸੰਗਰੂਰ ਸਾਈਡ ਕਿਸੇ ਨਿਹੰਗ ਦੇ ਤਿਲੰਗੀਆਂ ਦੇ ਨਾਲ ਰਿਹਾ ਆ ਕਿਉਂਕਿ ਇਹਦੇ ਫੋਨ ਤੋਂ ਸਾਨੂੰ ਫੋਟੋ ਵੀ ਮਿਲੀਆਂ ਜਿਹਦੇ 'ਚ ਇਹਨੇ ਚੋਲਾ ਪਾਇਆ ਹੋਇਆ ਪਰ ਹੁਣ ਆਲਰੇਡੀ ਇਹ ਆਪਣਾ ਇੱਥੇ ਹੀ ਰਹਿੰਦਾ ਆ ਔਰ ਇਹਨੇ ਜਿਹੜਾ ਗੋਲ ਪੱਗ ਬੰਨਦਾ ਔਰ ਉਹਦੇ ਵਿੱਚ ਇਹਨੇ ਆਪਣੇ ਹੋਰ ਵੀ ਪਟਾਏ ਹੋਏ ਆ ਇਸ ਕਰਕੇ ਮੈਂ ਸਾਰੀਆਂ ਨਿਹੰਗ ਜਥੇਬੰਦੀਆਂ ਨੂੰ ਵੀ ਅਪੀਲ ਕਰੂੰਗਾ ਕਿ ਇਹੋ ਜਿਹੇ ਮਾੜੇ ਅਨਸਰ ਜਿਹੜੇ ਆ ਉਹਨਾਂ ਦੇ ਚੋਲੇ ਨੂੰ ਲਾਜ ਲਾ ਰਹੇ ਆ ਉਹ ਵੀ ਇਹਨਾਂ ਦੇ ਉੱਤੇ ਪੂਰਾ ਖਿਆਲ ਰੱਖਣ ਕਿ ਉਹਨਾਂ ਹੀ ਜਥੇਬੰਦੀਆਂ ਦਾ ਜਿਹੜਾ ਨਾਂ ਕੋਈ ਗਲਤ ਲੈ ਗਿਆ ਔਰ ਅਸੀਂ ਤਾਂ ਪੂਰਾ ਵਰਕ ਕਰ ਹੀ ਰਹੇ ਹਾਂ ਔਰ ਉਹਨਾਂ ਦੀ ਵੀ ਹੈਲਪ ਲਵਾਂਗੇ ਅਸੀਂ ਨਾਲ
ਤਾਂ ਜੋ ਕਿ ਇਹੋ ਜਿਹੇ ਅਨਸਰ ਜਿਹੜੇ ਆ ਕਦੀ ਕਿਸੇ ਕੋਕੇ 'ਤੇ ਜਾ ਕੇ ਰੌਲਾ ਪਾ ਲਿਆ, ਕਦੀ ਕਿਤੇ ਇਹੋ ਜਿਹੀ ਸਲਾਹ ਦੇ ਦਿੱਤੀ, ਝੂਠੀ ਜਿਹੀ ਸਲਾਹ ਦੇ ਦਿੱਤੀ, ਇਹੋ ਜਿਹਾ ਕਿ ਜਿਹੜੇ ਆ ਸਾਡੀ ਸਖਤੀ ਹੋ ਗਈ। ਸਰ ਘੱਲੂਘਾਰੇ ਨੂੰ ਲੈ ਕੇ ਤੁਹਾਡੇ ਵੱਲੋਂ ਪਹਿਲਾਂ ਹੀ ਬਹੁਤ ਸੁਰੱਖਿਆ ਨਾਲ ਫੋਰਸ ਜਿਹੜੀ ਹੈ ਤੈਨਾਤ ਕੀਤੀ ਗਈ ਹੈ, ਪਰ ਇਸ ਨੂੰ ਲੈ ਕੇ ਹੋਰ ਫੋਰਸ ਜਿਹੜੀ ਹੈ ਧਮਕੀ ਆਈ, ਇਸ ਨੂੰ ਲੈ ਕੇ ਹੋਰ ਫੋਰਸ ਵੀ ਬੁਲਾਈ ਗਈ ਹੈ ਸਰ ਵਿੱਚ? ਆਲਰੇਡੀ ਅਸੀਂ ਫੋਰਸ 26 ਸੈਂਟ ਸਾਡੇ ਕੋਲ ਫੋਰਸ ਆ ਚੁੱਕੀ ਆ, ਸਾਡੇ ਕੋਲ ਪੈਰਾਮਿਲਟਰੀ ਫੋਰਸ ਆਈ ਹੋਈ ਆ, ਸਾਡੇ ਕੋਲ ਆਰਮਡ ਪੀਸ ਆਈ ਹੋਈ ਆ, ਲੋਕ ਕਮਾਂਡੋ ਆਏ ਹੋਏ ਨੇ। ਅਸੀਂ ਪੂਰੇ ਸ਼ਹਿਰ ਨੂੰ ਜਿੰਨਾ ਵੀ ਸਾਡਾ ਸਿਟੀ ਸੀਲਿੰਗ ਆ ਸ਼ਹਿਰ ਦੇ ਪੁਆਇੰਟ ਆ, ਉਹ ਕਰੀਬ 60 ਤੋਂ 65 ਪੁਆਇੰਟ ਸਾਡੇ ਜਿਹੜੇ ਆ ਉਹ ਸ਼ਹਿਰ ਦੇ ਵਿੱਚ 24 ਘੰਟਿਆਂ ਲਈ ਚੱਲ ਰਹੇ ਆ। ਔਰ ਇਹਨਾਂ ਤੋਂ ਇਲਾਵਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਵੱਖਰੀਆਂ ਚੱਲ ਰਹੀਆਂ, ਸਾਡਾ ਫਲੈਗ ਮਾਰਚ ਚੱਲ ਰਿਹਾ ਰੋਜ਼ਾਨਾ ਸੈਂਸਟ ਪੁਆਇੰਟਾਂ ਦੇ ਉੱਤੇ, ਔਰ ਅਸੀਂ ਪੂਰਾ ਆਪਣੇ ਸ਼ਹਿਰ ਨੂੰ ਸੀਲ ਕੀਤਾ ਹੋਇਆ, ਪੂਰਾ ਚੈਕਿੰਗ ਕਰ ਰਹੇ ਹਾਂ। ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨੀ ਚਾਹੁੰਗਾ ਕਿ ਕਿਤੇ ਵੀ ਨਾਕੇ ਦੇ ਦੌਰਾਨ ਜਾਂ ਤੁਹਾਨੂੰ ਕਿਤੇ ਕੋਈ ਕੋਸ਼ਿਸ਼ ਕਰਦੇ ਪੁਲਿਸ ਵਾਲੇ ਨਾਕੇ 'ਤੇ, ਤਾਂ ਬਹਿਸ ਨਾ ਕਰੋ, ਕਿਉਂਕਿ ਇਹੋ ਜਿਹੇ ਸ਼ਰਾਰਤੀ ਅਨਸਰ ਜਿਹੜੇ ਆ ਉਹ ਇਹੋ ਜਿਹੀ ਚੈਕਿੰਗ ਦੇ ਵਿੱਚੋਂ ਸਾਨੂੰ ਪਤਾ ਲੱਗੂਗਾ ਜਾਂ ਤੁਹਾਡੇ ਦੱਸਣ ਦੇ ਮੁਤਾਬਕ ਜ਼ਿਆਦਾ ਪਤਾ ਲੱਗੂਗਾ। ਪੁਲਿਸ ਦਾ ਸਹਿਯੋਗ ਦਿਓ, ਇਹ ਜਿੰਨੀ ਚੈਕਿੰਗ ਜਿੰਨਾ ਅਸੀਂ ਕੰਮ ਕਰ ਰਹੇ ਹਾਂ ਸ਼ਹਿਰ ਵਾਸੀ ਦੀ ਸੁਰੱਖਿਆ ਲਈ ਕਰ ਰਹੇ ਹਾਂ। ਦੂਰ ਦੁਰਾਡੇ ਤੋਂ ਸ਼ਹਾਦਤਾਂ ਵੀ ਯਾਦ ਕਰਦੀ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ, ਤਾਂ ਉਹਨਾਂ ਵਿੱਚ ਡਰ ਪੋਣੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ, ਇਹ ਸ਼ਰਾਰਤ ਹੁੰਦੀ ਆ, ਸ਼ਰਾਰਤ ਕਰ ਦੇਣੀ ਤਾਂ ਜੋ ਕਿ ਲੋਕਾਂ ਦੇ ਵਿੱਚ ਪੈਨਿਕ ਹੋ ਜਾਵੇ, ਪਰ ਇਹਨੇ ਤਾਂ ਇਹ ਜਿਹੜਾ 112 'ਤੇ ਕਾਲ ਕੀਤੀ ਆ, ਇਹਨੇ ਕਿਤੇ ਹੋਰ ਤਾਂ ਨਹੀਂ ਦੱਸਿਆ, ਇਹ ਤਾਂ ਪੁਲਿਸ ਨੂੰ ਹੀ ਇਹਨੇ ਇੱਕ ਜਿਹੜਾ ਸਾਰੀ ਰਾਤ ਝੂਠੀ ਸਲਾਹ ਦੇ ਕੇ ਸਾਨੂੰ ਉਸ ਪਾਸੇ ਲਈ ਰੱਖਿਆ। ਔਰ ਫਿਰ ਵੀ ਇਹੋ ਜਿਹੇ ਲੋਕ ਜਿਹੜੇ ਕਿਤੇ ਬਾਹਰ ਵੀ ਇਹੋ ਜਿਹੀ ਕੰਮ ਕਰਦੇ ਆ, ਤਾਂ ਆਮ ਪਬਲਿਕ ਦੇ ਵਿੱਚ ਉਹਦਾ ਅਸਰ ਤਾਂ ਪੈਂਦਾ, ਪਰ ਮੈਂ ਸ਼ਹਿਰ ਵਾਸੀਆਂ ਨੂੰ ਜਾਂ ਬਾਹਰੋਂ ਆਈ ਜਿਹੜੀ ਸੰਗਤ ਆ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਜਦੋਂ ਮਰਜ਼ੀ ਦਿਨ ਰਾਤ ਆਓ, ਅਸੀਂ ਤੁਹਾਡੀ ਸੁਰੱਖਿਆ ਵਾਸਤੇ ਬੈਠੇ ਹਾਂ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨਗਰੀ ਆ, ਅਤੇ ਕਿਸੇ ਤਰ੍ਹਾਂ ਦੀ ਕੋਈ ਡਰ ਪੈਣ ਦੀ ਗੱਲ ਨਹੀਂ ਹੈ, ਜਦੋਂ ਮਰਜ਼ੀ 24 ਘੰਟੇ ਤੁਹਾਡੇ ਵਾਸਤੇ ਦਰਵਾਜ਼ੇ ਖੁੱਲ੍ਹੇ। ਇਹੋ ਜਿਹੇ ਸਰ ਸ਼ਰਾਰਤੀ ਅਨਸਰ ਹੋਰ ਵੀ ਸਾਨੂੰ ਆਉਂਦੇ ਜਿਵੇਂ ਜਾਂ ਦੇਖਦੇ ਹੀ ਰਹਿੰਦੇ ਨੇ, ਪਰ ਜਿਹੜੀ ਟੂਰਿਸਟ ਆਉਂਦੇ ਨੇ ਇੰਨੀ ਫੋਰਸ ਦੇਖ ਕੇ ਡਰ ਜਾਂਦੇ ਨੇ, ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਨਹੀਂ, ਫੋਰਸ ਜਿਹੜੀ ਆ ਅਸੀਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਲਈ, ਇਹ ਸਿਰਫ ਓਨਲੀ ਜਿਹੜੀ ਚੈੱਕ ਕਰਦੇ ਆ, ਔਰ ਅਸੀਂ ਕਿਸੇ ਨੂੰ ਮਾੜਾ ਨਹੀਂ ਸਰ ਕਹਿ ਕੇ ਸ਼੍ਰੀਮਾਨ ਜੀ ਕਹਿ ਕੇ ਗੱਲ ਕਰ ਰਹੇ ਹਾਂ। ਬਾਹਰੋਂ ਆਈ ਜਿਹੜੀ ਸੰਗਤ ਆ ਉਹਨਾਂ ਨੂੰ ਵੀ ਚੰਗਾ ਲੱਗ ਰਿਹਾ, ਪੂਰਾ ਸਹਿਯੋਗ ਦੇ ਰਹੇ ਨੇ ਸਾਨੂੰ। ਪਲੀਜ਼, ਅਸੀਂ ਵੀ ਉਹਨਾਂ ਦੇ ਭੈਣ ਭਰਾ ਹਾਂ, ਇਸ ਕਰਕੇ ਅਸੀਂ ਕਿਸੇ ਨੂੰ ਡਰਾਉਣ ਧਮਕਾਉਣ ਲਈ ਨਹੀਂ ਲਈ, ਅਸੀਂ ਤਾਂ ਉਹਨਾਂ ਦੀ ਸੁਰੱਖਿਆ ਵਾਸਤੇ ਲਈ। ਸਰ, ਹੁਣ ਇੱਥੇ ਕਿਹੜਾ ਮੁਕੱਦਮਾ ਜਾਰੀ ਕੀਤਾ ਗਿਆ ਅਤੇ ਅੱਗੇ ਰਿਮਾਂਡ ਹਾਸਲ ਕਰਨ ਦੇ ਕੀ? ਹਾਂ, ਅਸੀਂ ਇਹਦੇ 'ਤੇ ਐਫ ਆਈ ਆਰ ਦਰਜ ਕਰ ਦਿੱਤੀ ਆ ਅੰਡਰ ਸੈਕਸ਼ਨ 505(1), 505(2), 182 ICPC, ਇਸ ਤੋਂ ਇਲਾਵਾ ਜਿਹੜਾ ਆ 506 ICPC ਲਾ ਕੇ, ਅਤੇ ਜਿਹੜਾ ਅਸੀਂ ਆਪਣੇ PSD ਡਿਵੀਜ਼ਨ ਦੇ ਵਿੱਚ ਪਰਚਾ ਦਰਜ ਕੀਤਾ JCB ਦਾ ਰਹਿਣ ਵਾਲਾ ਹੈ, ਔਰ ਇਹਨੂੰ ਅਸੀਂ ਰਿਮਾਂਡ 'ਤੇ ਲਵਾਂਗੇ, ਲੈ ਕੇ ਇਹਦਾ ਕੀ ਕਾਰਨ ਹੋਰ, ਇਹਦੇ ਨਾਲ ਕੌਣ ਨੇ ਲੋਕ ਹੋਰ, ਉਹ ਸਾਰਾ ਵੇਖਦੇ। ਧੰਨਵਾਦ। ਤਾਂ ਇਹ ਸੀ ਅੰਮ੍ਰਿਤਸਰ ਦੇ DCP ਪਰਮਿੰਦਰ ਸਿੰਘ ਪੰਡਾਲ। ਤਾਂ ਇਹ ਸਿਰਫ ਇੱਕ ਸ਼ਰਾਰਤ ਕੀਤੀ ਗਈ ਸੀ ਨੌਜਵਾਨ ਵੱਲੋਂ, ਤਾਂ ਜਿਸਦੀ ਉਮਰ ਸਿਰਫ 19 ਤੋਂ 20 ਸਾਲ ਦੱਸੀ ਜਾ ਰਹੀ ਹੈ, ਗਗਨਦੀਪ ਨਾਂ ਦਾ ਵਿਅਕਤੀ। ਸੋ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਪਾਉਣ ਲਈ ਪੰਜਾਬ ਪੁਲਿਸ ਹਮੇਸ਼ਾ ਆਪਣੇ ਕੰਮ ਦੇ ਉੱਤੇ ਵਰਕ ਕਰਦੀ ਰਹਿੰਦੀ ਹੈ। ਤਾਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਮੈਂ ਦਮਨਦੀਪ ਸਿੰਘ, ਅੰਮ੍ਰਿਤਸਰ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।